2020 ਮਾਡਲ 700 ਘੰਟਾ ਚੱਲਿਆ, 700 ਘੰਟਾ ਚੱਲਿਆ ਹੋਇਆ। ਤੇ ਕਿੰਨਵੇਂ ਨਾਮ ਨੂੰ ਮਾਵਰੇ? ਪਹਿਲੇ ਨਾਮ ਆਈ, ਪਹਿਲੇ ਨਾਮ 90 ਪੈਸੇ ਵਾਂਗੂ ਟਾਇਰ ਪਿਆ। ਠੀਕ ਹੈ, ਠੀਕ ਹੈ। ਇਹ 2022 ਆ? 2022 ਮਾਡਲ ਆ, ਜਮਾ ਨਵਾਂ ਟਰੈਕਟਰ ਆ, ਸਾਫ ਟਰੈਕਟਰ ਆ। ਠੀਕ ਹੈ, ਠੀਕ ਹੈ। ਮੇਰਾ ਮੋਢੇ ਟਾਇਰ ਤੇ ਬਿਲਕੁਲ ਨਵੇਂ ਨੇ, ਬ੍ਰਾਂਡ ਜਮਾ ਜਮਾ ਨਵੇਂ, ਜਮਾ ਨਵਾਂ। ਤੇ ਪਿਛਲੇ ਵੀ ਹੈਗੇ ਨੇ ਲਗਭਗ 90 ਪੈਸੇ ਵਾਂਗੂ? ਹਾਂ, 90 ਪੈਸੇ ਦੇ ਟਾਇਰ ਹੈਗੇ ਨੇ। ਹਾਂ, ਇਹ 2015 ਮਾਡਲ ਆਈ, ਮੈਟ ਸ਼ਟ ਲਗੇਅਰ ਵਾਲਾ। ਠੀਕ ਹੈ ਜੀ, ਹਾਂਜੀ। ਇਹ ਸਾਡਾ ਸਿਫਟ ਦੇ ਵਿੱਚ ਹੈ ਜੀ? ਹਾਂਜੀ, ਹਾਂ। 2015 ਮਾਡਲ ਤੇ ਪੰਜਾਬ ਨੰਬਰ ਹੈਗਾ, ਡੈਕ ਡੁੱਕ ਸਾਰਾ ਕੁਝ ਨਾਲ ਆ, 40-45 ਹਜ਼ਾਰ ਦਾ ਡੈਕ ਲੱਗਿਆ। ਠੀਕ ਹੈ ਜੀ, ਬਾਕੀ ਵੈਂਪਰ ਵੀ ਕਾਫੀ ਹੈਗਾ, ਵੈਂਪਰ ਬਹੁਤ ਹੈਵੀ ਲੱਗਿਆ ਹੋਇਆ। ਹਾਂ, ਸਾਰਾ ਕੁਝ ਨਾਲ ਆ, 20-8 ਦਾ ਹਜ਼ਾਰ ਦਾ ਵੈਂਪਰ ਵੀ ਹੋਊਗਾ। ਹਾਂ, ਬਿਲਕੁਲ ਨਾਲ ਮਾਰ ਕੇ ਵੀ ਹੈ, ਉਕਣੇ ਦੇ ਉਕਣੇ ਖੜੇ ਨੇ ਇਹ ਵੀਰੇ, ਸੱਟ ਲਗੇਅਰ ਵਾਲਾ ਜੀ, ਸੱਟ ਲਗੇਅਰ ਵਾਲਾ। ਠੀਕ ਹੈ ਜੀ, ਉਹ ਸੁਵਿਧਾ ਕਿਲੋਮੀਟਰ ਸਿੱਧੇ ਵੇਲੇ ਕਾਪੀ ਅਗਲੇ ਦੇ ਨਾਲ। ਸਤਿ ਸ੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਜੀ ਦੇ ਵਿੱਚ। ਪਿਆਰੇ ਵੀਰੋ, ਆਪਾਂ ਖੜੇ ਅੱਜ ਸ਼ਹਿਰ ਬਰਨਾਲੇ, ਜਿਮੀਦਾਰਾਂ ਟਰੈਕਟਰ ਸੇਲ ਪਰਚੇਜ਼ ਤੇ ਉਹਦੇ ਪਿੱਛੇ ਬੋਰਡ ਦਿਖਾ ਦੇ ਬਾਈ, ਉਹਨਾਂ ਕੋਲ ਟਰੈਕਟਰ ਨੇ, ਟਰੈਕਟਰ ਵੀ ਇੱਕ ਤੋਂ ਵੱਧ ਇੱਕ, 94 ਟਰੈਕਟਰ ਨੇ, 4x4 ਤੇ 4x2 ਵੀ ਨੇ। ਆਪਾਂ ਨੂੰ ਬਾਈ ਉਹਦੀ ਕੰਡੀਸ਼ਨ, ਰੇਟ ਤੇ ਸਾਰੀ ਜਾਣਕਾਰੀ ਦੇਣਗੇ ਤੇ ਮਾਡਲ ਦੱਸਣਗੇ। ਬਾਈ ਜੀ, ਸਵਾਗਤ ਆਪਣੇ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ। ਇਹ 2020 ਮਾਡਲ ਆ ਜੀ, 12ਵੀਂ ਮਾਡਲ ਆਇਆ ਹੋਇਆ, 21 ਦੀ ਕਾਪੀ ਆ, 21 700 ਘੰਟਾ ਚੱਲਿਆ ਹੋਇਆ, 700 ਘੰਟਾ ਚੱਲਿਆ ਹੋਇਆ ਜੀ, 2020 ਮਾਡਲ ਜੀ। ਹਾਂ, 2020 ਮਾਡਲ, 700 ਘੰਟਾ ਚੱਲਿਆ, 700 ਘੰਟਾ ਚੱਲਿਆ ਹੋਇਆ। ਤੇ ਕਿੰਨਵੇਂ ਨਾਮ ਨੂੰ ਮਾਵਰੇ? ਪਹਿਲੇ ਨਾਮ ਆਈ, ਪਹਿਲੇ ਨਾਮ 90 ਪੈਸੇ ਵਾਂਗੂ ਟਾਇਰ ਪਿਆ। ਠੀਕ ਹੈ, ਠੀਕ ਹੈ ਜੀ। ਬਾਈ ਆਪਾਂ ਨੂੰ ਮੋਡਲ ਮੋਡਲ ਦੱਸੀ ਜਾਣਗੇ ਤੇ ਜਿਹੜਾ ਰੇਟ ਆ ਉਹ ਤੁਸੀਂ ਫੋਨ ਤੇ ਬਾਈ ਉਹਨਾਂ ਨਾਲ ਫੋਨ ਕਰਕੇ ਕਰ ਲਿਓ। ਤੇ ਇਹ ਵੀਰੇ 2021 ਮਾਡਲ ਆ, 2021 ਮਾਡਲ ਆ, ਨਾਲ ਦੇ ਟਾਇਰ ਨੇ, 80 ਪੈਸੇ ਟਾਇਰ ਪਏ। ਹਾਂ, 80 ਪੈਸੇ ਟਾਇਰ ਹੈਗੇ ਨੇ ਜੀ। ਹਾਂਜੀ, ਬਾਕੀ ਚੱਲਿਆ ਚੁੱਲੇ ਵਾ ਕਿੰਨਾ ਬਾਈ? ਇਹ 600-700 ਘੰਟਾ ਚੱਲਿਆ ਵੇ, 600-700 ਘੰਟਾ ਚੱਲਿਆ ਹੋਇਆ। ਹਾਂਜੀ, ਬਾਕੀ 47 ਡੈਕ ਡੁੱਕ ਲੱਗਿਆ ਹੋਇਆ ਸਾਰਾ ਕੁਝ ਨਾਲ। ਠੀਕ ਹੈ, ਠੀਕ ਹੈ ਜੀ। ਤੇ 50-75? ਇਹ 2022 ਮਾਡਲ ਆ ਜੀ, ਇਹ 2022 ਆ, 2022 ਮਾਡਲ ਆ, ਜਮਾ ਨਵਾਂ ਟਰੈਕਟਰ ਆ, ਸਾਫ ਟਰੈਕਟਰ ਆ। ਠੀਕ ਹੈ, ਠੀਕ ਹੈ। ਮੇਰਾ ਮੋਢੇ ਟਾਇਰ ਤੇ ਬਿਲਕੁਲ ਨਵੇਂ ਨੇ, ਬ੍ਰਾਂਡ ਜਮਾ ਨਵੇਂ, ਜਮਾ ਨਵਾਂ। ਤੇ ਪਿਛਲੇ ਵੀ ਹੈਗੇ ਨੇ ਲਗਭਗ 90 ਪੈਸੇ ਵਾਂਗੂ? ਹਾਂ, 90 ਪੈਸੇ ਟਾਇਰ ਹੈਗੇ ਨੇ। ਹਾਂ, ਬਾਕੀ ਨੰਬਰ ਕਿੱਥੋਂ ਦਾ? 50 ਦਾ ਜੀ, 50 ਨੰਬਰ। ਠੀਕ ਹੈ, ਠੀਕ। ਆਪਾਂ ਜਿਵੇਂ ਵੀਰੇ ਜਿਹੜੇ ਨੰਬਰ ਨੇ ਪੰਜਾਬ ਦੇ ਰੱਖਦੇ ਹੋ? ਮਤਲਬ ਪੰਜਾਬ ਬਾਹਰ ਦੇ ਵੀ ਹੁੰਦੇ ਆ, ਹਰਿਆਣੇ ਦੇ ਵੀ ਹੁੰਦੇ ਆ। ਹਾਂ, ਠੀਕ, ਲਾਉਣੇ ਦੇ ਹੁੰਦੇ, ਬਾਕੀ ਜਿਹੜਾ ਬਾਹਰ ਦਾ ਹੋਇਆ ਉਹ ਆਪਾਂ ਦੱਸਦੇ ਗੁੱਡੇ ਦੇ ਵਿੱਚ। ਇਹ 2010 ਮਾਡਲ ਆ ਜੀ, 2010 ਮਾਡਲ। ਹਾਂ, ਠੀਕ ਹੈ, ਠੀਕ ਹੈ ਜੀ। ਬਾਕੀ ਰੇਟ ਹੋ ਜੂਗਾ ਜੀ, ਆ ਕੇ ਦੇਖ ਲਿਓ ਇੱਥੇ। ਇਹ ਨੰਬਰ ਕਿੱਥੋਂ ਵੀਰੇ? ਇਹ ਹਰਿਆਣਾ ਨੰਬਰ ਆ, ਹਰਿਆਣਾ ਨੰਬਰ, ਪਹਿਲੇ ਨਾਮ ਆ। ਠੀਕ ਹੈ, ਪਹਿਲੇ ਨਾਮ ਆ ਜੀ। ਬਾਕੀ ਡੈਕ ਜਿਹੜਾ ਵੀ ਲੱਗਿਆ ਹੋਇਆ ਸਾਰਾ ਕੁਝ ਨਾਲ ਜੀ। ਤੇ ਟਾਇਰ ਟੂਰ ਹੈਗੇ 70-75 ਪੈਸੇ? ਹਾਂਜੀ, ਸਹੀ ਗੱਲ ਆ ਜੀ। ਤੇ ਇਹ 2020 ਮਾਡਲ ਆ ਜੀ, 20 ਮਾਡਲ। ਹਾਂਜੀ, DI 60, DI 60, 2020 ਮਾਡਲ ਆ ਵੀਰੇ। ਇਹ ਵੀ ਢਿੱਲੇ ਘੱਟੇ ਹੋਊਗਾ ਹੈ ਨਾ? ਹਾਂ, 400 ਘੰਟਾ ਚੱਲਿਆ ਹੋਇਆ ਹੋਊਗਾ। ਹਾਂਜੀ, ਠੀਕ ਹੈ ਜੀ, 400 ਘੰਟਾ ਚੱਲਿਆ ਹੋਇਆ, ਨਾਲ ਦੇ ਟਾਇਰ ਨੇ ਤੇ ਟਾਇਰਾਂ ਦੀ ਕੰਡੀਸ਼ਨ ਵੀ ਕਾਫੀ ਚੰਗੀ ਹੈ। ਅਗਲਾ ਆ ਗਿਆ ਜੀ, ਇਹ 2015 ਮਾਡਲ ਆ ਜੀ, ਮੈਟ ਸ਼ਟ ਲਗੇਅਰ ਵਾਲਾ। ਠੀਕ ਹੈ ਜੀ, ਹਾਂਜੀ। ਇਹ ਸਾਡਾ ਸਿਫਟ ਦੇ ਵਿੱਚ ਹੈ ਜੀ? ਹਾਂਜੀ, ਹਾਂ। 2015 ਮਾਡਲ ਤੇ ਬਾਰਵੇਂ ਮਹੀਨੇ ਦਾ ਆਇਆ ਹੋਇਆ, ਜਮਾ ਨਵੇਂ ਆਈ।
ਨਾਲ ਦੇ ਟਾਇਰ ਨੇ ਬਿਲਕੁਲ ਨਵੇਂ ਨੇ, ਬਹੁਤ ਘੱਟ ਚੱਲਿਆ ਹੋਇਆ, ਨਵੇਂ ਵਰਗਾ ਪਿਆ ਏ, ਉੱਪਰ ਕਨੋਪੀ ਲੱਗੀ ਹੋਈ ਹੈ ਤੇ ਨਾਮ ਨੂੰ ਫਸਟ ਨੇਮ ਨਾਮ ਆ। ਇੱਕ ਵਾਰੀ ਜਿਵੇਂ ਆਪਾਂ ਹਾਂਜੀ ਲੋਨ ਲੂਨ ਵੀ ਕਰਵਾ ਦਿੰਦੇ? ਹਾਂ ਲੋਨ ਵੀ ਕਰਾ ਦਿੰਦੇ। ਠੀਕ, ਆਹ 2021 ਮਾਡਲ ਆ ਜੀ, 2021 ਮਾਡਲ ਆ। ਹਾਂਜੀ ਛਪੰਜਾ ਵੀ ਨਿਊ ਹੋਲੈਂਡ 2021 ਮਾਡਲ ਆ, ਜਮਾਂ ਨਵੇਂ ਟਾਇਰਾਂ ਜਗਾ, ਟਾਇਰ ਵੀ ਨਵੇਂ ਵਰਗੀ ਪਏ ਨੇ ਤੇ ਉੱਪਰ ਡੈਕ ਦੇਖੋ, ਡੈਕ ਵੀ ਪੂਰਾ ਵਧੀਆ ਲੱਗਿਆ ਹੋਇਆ ਹੈਵੀ ਦੇ ਵਿੱਚ, ਇਕਨੋਮੀ ਲੱਗੀ ਹੋਈ ਹੈ। 2021 ਮਾਡਲ, 2021 ਮਾਡਲ ਦੇ ਟਾਇਰ ਹੁੰਦੇ ਨੇ ਇਹਦੇ ਵੀ ਨਾਲ ਦੇ ਨਾਲ ਦੇ ਚੱਲਿਆ, ਮਤਲਬ ਇਹ ਵੀ ਹਾਵੀ ਥੋੜਾ ਹੀ ਲੱਗਦਾ ਚੱਲਿਆ ਬਈ। ਕਿੰਨੇ ਘੰਟੇ ਚੱਲਿਆ ਪਊਗਾ ਜੀ ਇਹ? 600 ਘੰਟਾ ਚੱਲਿਆ ਪਊ ਫੁੱਲ, ਵੀਰੋ 600 ਘੰਟਾ ਚੱਲਿਆ ਹੋਇਆ, 6 ਹੋਵੇ 700 ਹੋਵੇ ਏਦੋਂ ਵੱਧ ਨਹੀਂ ਹੈਗਾ। ਤੇ ਇਹ ਵੀ 21 ਮਾਡਲ ਆ ਜੀ, ਮਾਡਲ ਇਹਦਾ ਕਵਰ ਵੀ ਦੇਖ ਸਕਦੇ ਹੋ, ਪਿੱਛੇ ਉਤਰੇ ਹੈਗੇ ਵੀ ਬੰਦੇ ਨੇ ਇੰਨੀ ਸਾਂਭ ਦੇ ਵਿੱਚ ਰੱਖਿਆ ਹੋਇਆ, ਜਮਾਂ ਨਵਾਂ ਕਵਰ ਵੀ ਜਿਹੜੇ ਪਏ ਨੇ, ਜਮਾਂ ਨਵਾਂ ਟਰੈਕਟਰ ਪਿਆ। 2021 ਮਾਡਲ ਵੀਰੇ? ਹਾਂ 2021, ਟਾਇਰ ਟੂਰ ਇਹਦੇ ਵੀ ਨਵੇਂ ਨਾਲ ਦੇ ਨੇ ਚੱਲਿਆ ਬਾਈ, ਕਾਫੀ ਘੱਟ ਆ। ਹਾਂਜੀ 2021 ਮਾਡਲ ਨਿਊ ਹੋਲੈਂਡ। ਹਾਂਜੀ ਨੰਬਰ ਕਿੱਥੋਂ ਵੀਰੇ ਇਹ? ਇਹ ਪੰਜਾਬ ਨੰਬਰ ਹੀ ਹੋਊਗਾ ਜੀ, ਪੰਜਾਬ ਨੰਬਰ 2021 ਮਾਡਲ ਹੋਲੈਂਡ। ਤੇ ਆ ਗਿਆ ਨੰਬਰ 2000, ਇਹ ਵੀ 2021 ਮਾਡਲ ਆ ਜੀ, ਇਹ ਵੀ 2021 ਮਾਡਲ ਆ ਜੀ। ਹਾਂ ਠੀਕ ਆ ਠੀਕ, ਨਵੇਂ ਟਾਇਰਾਂ 'ਚ ਜਮਾਂ ਬਿਲਕੁਲ, ਇਹਦੇ ਵੀ ਨਵੇਂ ਟਾਇਰ ਪਏ ਨੇ ਜੀ, ਚੱਲਿਆ ਮੁਲਾ ਇਹ ਵੀ ਬਹੁਤ ਥੋੜਾ ਹੋਊਗਾ, ਬਹੁਤ ਥੋੜਾ 600 ਘੰਟਾ ਚੱਲਿਆ ਵੀ, ਵੇਟ ਲੱਗੇ ਹੋਏ ਨੇ ਮੂਹਰੇ, ਦੋ ਪਲੇਟਾਂ ਆਪਣਾ ਇੱਕ ਨੌਕਰੀ ਲੱਗੀ ਹੋਈ ਹੈ ਤੇ ਕਵਰ ਕੁਵਰ ਦੇ ਸਕਦੇ ਵੀ ਖੜੇ ਨੇ। ਹਾਂਜੀ ਤੇ ਅਗਲਾ ਆ ਗਿਆ ਜੀ ਸੋਨਾਲਿਕਾ, ਇਹ 16 ਮਾਡਲ ਆ ਜੀ, 2016 ਮਾਡਲ, 2016 ਮਾਡਲ ਆ, ਰੇਡੀਅਲ ਟਾਇਰ ਨੇ ਮੂਹਰਲੇ। ਠੀਕ ਹੈ ਜੀ, ਬੁਲਟ ਟਾਇਰ ਰੇਡੀਅਲ ਨੇ। ਹਾਂਜੀ ਤੇ ਨਵੇਂ ਵਾਂਗੂ ਸਾਫ਼ ਟਰੈਕਟਰ ਪਿਆ ਜਮਾਂ। ਹਾਂਜੀ ਪਿਛਲੇ ਟਾਇਰ ਵੀ ਇਹਦੇ ਬੜੇ ਘੈਂਟ ਨੇ, ਬਾਕੀ ਮਤਲਬ ਟਾਇਰ ਵੀ ਨਵੇਂ ਵਰਗੇ ਪਏ ਨੇ ਪਿਛਲੇ। ਹਾਂਜੀ ਹਾਂਜੀ ਚੱਲੇ ਵੀਰੇ, ਟਾਇਰ ਇਹਦੇ ਨਾਲ ਦੇ ਨੇ ਜਾਂ ਨਾਲ ਦੇ? ਨਾਲ। ਠੀਕ ਆ ਠੀਕ ਆ ਜੀ, ਨਾਲ ਦੇ ਟਾਇਰ ਨੇ। ਤੇ ਆ ਵੀ ਦਿਖਾ ਦਈਏ ਇਸਰ ਆਪਾਂ? ਹਾਂ ਦਿਖਾ ਦਿਓ ਦਿਖਾ ਦਿਓ। ਇਹ ਕਿੰਨੇ ਮਾਡਲ ਆ ਜੀ? 2000 ਮਾਡਲ ਆ ਜੀ ਇਹ, 2000 ਮਾਡਲ ਆ ਸਰ। ਹਾਂਜੀ ਜੇ ਕਿਸੇ ਮੇਰੇ ਭਰਾ ਨੂੰ ਚਾਹੀਦਾ ਹੋਵੇ, ਫਿਰ ਇਹ ਥੋੜੇ ਕੰਮਾਂ ਵਾਸਤੇ ਟਰੈਕਟਰ ਬਹੁਤ ਫਾਇਦੇਮੰਦ, ਤੇਲ ਤੂਲ ਦਾ ਖਰਚ ਵੀ ਘੱਟ ਆ। ਇਹ ਕਿੰਨਾ ਮਾਡਲ ਵੀਰੇ? ਇਹ 2020 ਮਾਡਲ ਆ ਜੀ, ਪੰਜਾਬ ਨੰਬਰ ਹੈਗਾ, ਡੈਕ ਡੁੱਕ ਸਾਰਾ ਕੁਝ ਨਾਲ ਆ, 40-45 ਹਜ਼ਾਰ ਦਾ ਡੈਕ ਲੱਗਿਆ ਵੀ। ਠੀਕ ਆ ਜੀ, ਬਾਕੀ ਵੈਂਪਰ ਵੀ ਕਾਫੀ ਹੈਗਾ, ਵੈਂਪਰ ਬਹੁਤ ਹੈਵੀ ਲੱਗਿਆ ਹੋਇਆ। ਹਾਂ ਸਾਰਾ ਕੁਝ ਨਾਲ ਦਾ ਵੀ 8-10 ਹਜ਼ਾਰ ਦਾ ਵੈਂਪਰ ਵੀ ਹੋਊਗਾ। ਹਾਂ ਬਾਕੀ ਟੈਟੂਰ ਦੇ ਨਾਲ ਦੀ? ਟੈਟੂਰ ਨਾਲ ਦੇ ਜਮਾਂ ਨਵੇਂ ਪਏ ਆ। ਠੀਕ ਆ ਜੀ, 2021 ਮਾਡਲ 963 ਡੈਕ ਲੱਗਿਆ ਬਾਈ ਨੂੰ, 45 ਹਜ਼ਾਰ ਦਾ। 2020 ਮਾਡਲ ਜੀ, 20 ਮਾਡਲ, 2020 ਮਾਡਲ, 2020 ਮਾਡਲ ਡੈਕ ਲੱਗਿਆ ਹੋਇਆ, ਮਤਲਬ 70-70 ਹਜ਼ਾਰ ਦਾ ਸਮਾਨ ਸਮਾਨ ਲੱਗਿਆ ਹੋਇਆ ਜੀ, 15-20 ਹਜ਼ਾਰ ਦਾ ਵੈਂਪਰ ਆ, 40-45 ਹਜ਼ਾਰ ਦਾ ਡੈਕ ਲੱਗਿਆ। ਹਾਂਜੀ ਸਹੀ ਗੱਲ ਆ ਜੀ, ਮਤਲਬ 10 ਹਜ਼ਾਰ ਤਾਂ ਸਾਦਰੀ ਲਗਾਉਣ ਦਾ ਖਰਚਾ ਆ ਜਾਂਦਾ ਹੋਊਗਾ ਬਾਈ। ਉਹਨਾਂ ਨੰਬਰ ਉੱਪਰ ਚੱਲੀ ਜਾਂਦਾ ਤੇ ਕੰਟੈਕਟ ਕਰੋ ਵਾਸਤੇ ਵੱਧ ਬਾਈ ਉਹਨਾਂ ਨੂੰ। ਤੇ ਕਾ ਬਾਈ ਉਹਨਾਂ ਕੋਲ 0 ਮੀਟਰ ਖੜਾ ਏ, 2024 ਮਾਡਲ ਜਮਾਂ 0 ਮੀਟਰ ਤੇ ਚੱਲਿਆ ਬਾਈ ਵੀ ਨਾ ਜਮਾਂ ਵੀ ਜਮਾਂ ਹੀ ਨਹੀਂ ਹੈਗਾ, ਜਮਾਂ ਹੀ ਨਹੀਂ ਚੱਲਿਆ ਬਾਈ, 0 ਮੀਟਰ ਚੱਲ ਕੇ ਆਇਆ, ਬਲ ਚੱਲ ਕੇ ਆਇਆ ਬਾ, 2-3 ਘੰਟਿਆਂ ਦਾ ਮਾਰ ਕੇ ਦਿਖਾ ਦਿਆ ਮਾਰੇ ਫਦੇ, ਬਿਲਕੁਲ ਨਾ ਮਾਰ ਕੇ ਵੀ ਆਇਆ, ਪੋਕਣੇ ਦੇ ਉੱਕੜੇ ਖੜੇ ਨੇ ਵੀਰੇ। ਸੱਟ ਲਗੇਰ ਵਾਲਾ ਜੀ? ਸੱਟ ਲਗੇਰ ਵਾਲਾ ਵੀਰੇ। ਠੀਕ ਆ ਜੀ, ਸਿੱਧੇ ਵੇਲੇ ਕੱਟੇ ਜਾਣਗੇ ਦੇ ਤੇ 6% ਵਾਲਾ ਜਿਵੇਂ ਜਾਂਚੀ ਨਹੀਂ ਲਾਉਣ ਵਾਲੀ ਸ਼ਬਦ ਉਹ ਸੁਵਿਧਾ ਤੇ ਮਿਲੂ। ਠੀਕ ਆ ਜੀ, ਉਹ ਸੁਵਿਧਾ 0 ਮੀਟਰ ਸਿੱਧੇ ਵੇਲੇ ਕਾਪੀ ਅਗਲੇ ਦੇ ਨਾਮ ਤੇ ਕਾਪੀ ਅਗਲੇ ਨਾਮ ਬਣੂਗੀ ਸਿੱਧੀ ਹੈ, 0 ਮੀਟਰ ਤੋਂ ਸ਼ਾਪ ਕਰ ਦੇ ਚੱਲਿਆ। ਠੀਕ ਹੈ, ਕੱਲ ਚੱਲ ਕੇ ਆਇਆ। ਠੀਕ ਆ ਠੀਕ ਆ, ਬਾਕੀ 3 ਸਪੀਡ ਆ ਹੈ, 3 ਸਪੀਡ ਚੇਂਜਰ ਗੇਅਰ, ਚੇਂਜਰ ਗੇਅਰ ਵਾਲਾ ਲਗੇਰ ਵਾਲਾ, ਜਾਂਚੀ ਚ ਵੀ 40 ਹਜ਼ਾਰ ਚ ਮਹਿੰਗਾ ਦੂਜੇ ਟਰੈਕਟਰ। ਠੀਕ ਆ ਠੀਕ ਆ ਜੀ, ਤੇ ਵੀਰੇ ਇਹ ਬਣਮੁਣ ਫਿਰ ਜਾਂਚੇ ਦੇ ਰੇਟ ਜਗੋ ਇਹ ਕਿਵੇਂ ਉਹ ਕਰਨਾ ਹੈ ਕੋਈ ਨਾ ਕੋਈ? ਠੀਕ ਆ ਠੀਕ ਆ, ਬਾਕੀ ਬਾਈ ਉਹਨੇ ਫੋਨ ਤੇ ਕਰ ਲੈਣਗੇ, ਨੰਬਰ ਉੱਪਰ ਚੱਲੀ ਜਾਂਦਾ, ਕੰਟੈਕਟ ਕਰ ਲਿਓ ਬਾਈ ਉਹਨਾਂ ਨੂੰ। ਹਾਂਜੀ ਵੀਰ ਜੀ, ਇਹ ਕਿੰਨਾ ਮਤਲਬ ਚਰੰਜਾ 05 ਆ? ਇਹ 2020 ਮਾਡਲ ਆ ਜੀ, ਟਾਇਰ ਨਾਲ ਦੇ ਆ ਗਏ, 6-7 ਘੰਟਾ ਚੱਲਿਆ ਬਈ, 700 ਘੰਟਾ ਚੱਲਿਆ ਹੋਇਆ। ਹਾਂ ਜਮਾਂ ਨਵਾਂ ਗੇਅਰ ਪ੍ਰੋ ਦੇ ਵਿੱਚ ਮਤਲਬ ਜਿਹੜਾ 4 ਸਪੀਡ ਵਾਲਾ। ਹਾਂਜੀ ਹਾਂ,
ਇਹ ਵੀਰੋ ਏ ਬੀ ਸੀ ਡੀ ਦੇ ਵਿੱਚ ਆ, ਫੋਰ ਸਪੀਡ, ਫੋਰ ਸਪੀਡ ਗੇਅਰ ਪ੍ਰੋ 2020 ਮਾਡਲ ਹੈ, 2020 ਮਾਡਲ ਆ, ਟਾਇਰ ਟੂਰ ਨਾਲ ਦੇ, ਟਾਇਰ ਨਾਲ ਦੇ ਨੇ, ਚੱਲਿਆ ਫਿਰ ਤਾਂ ਬਹੁਤ ਘੱਟ ਮੋਡਲ, 600-700 ਘੰਟਾ ਚੱਲਿਆ, 600-700 ਘੰਟਾ ਚੱਲਿਆ ਹੋਇਆ। ਹਾਂਜੀ, ਤੇ ਮਾਡਲ ਬਾਕੀ ਚੱਲੇ ਵੀ ਬਹੁਤ ਘੱਟ ਪਿਆ, ਟਾਇਰ ਵੀ ਨਵੇਂ, ਹਾਂ ਜਮਾਂ ਨਵੇਂ ਪਏ, 300-400 ਘੰਟਾ ਚੱਲਿਆ ਵੀ, ਇਹਦੇ ਪਰ ਵੀ ਕਨੋਪੀ ਲੱਗੀ ਹੋਈ ਹੈ, ਸਾਰੇ ਸਾਰੇ ਲੱਗੀ ਹੋਈ ਹੈ ਉੱਪਰ, 2021 ਮਾਡਲ ਹੈ, 2021 ਮਾਡਲ ਹੈ, ਠੀਕ ਠੀਕ ਹੈ ਜੀ। ਇਹ ਵੀ ਗੇਅਰ ਪ੍ਰੋ ਦੇ ਵਿੱਚ 4 ਸਪੀਡ ਵਾਲਾ ਟਰੈਕਟਰ, 4 ਸਪੀਡ ਵਾਲਾ ਟਰੈਕਟਰ ਜੀ। ਤੇ ਅਗਲਾ ਗਿਆ ਜੀ 5510 ਆ ਜੀ, 2017 ਮਾਡਲ ਆ, ਟਾਇਰ ਟੂਰ ਜਮਾਂ ਨਾਲ ਦੇ ਆ, ਨਵੇਂ ਪਏ ਆ ਜੀ, ਠੀਕ ਹੈ ਜੀ। ਜਿੰਨੇ ਵੀ ਟਰੈਕਟਰ ਆਪਾਂ ਰੱਖਦੇ ਹਾਂ ਸਾਰੇ ਨਵਿਆਂ ਨੂੰ, ਨਵਿਆਂ ਵਰਗੇ ਟਰੈਕਟਰ ਪਏ ਨੇ, ਟਾਇਰ ਵੀ ਨਾਲ ਦੀ ਮਿਲ ਜਾਣਗੇ, ਚੱਲੇ ਬਹੁਤ ਘੱਟ ਨੇ ਟਰੈਕਟਰ, ਬਹੁਤ ਘੱਟ ਚੱਲੇਗਾ। ਇਹ 2021 ਮਾਡਲ ਹੈ ਜੀ, 2021 ਮਾਡਲ ਆ, 5020 ਟਰੈਕਟਰ, 5020 ਟਾਇਰ ਟੂਰ ਨਾਲ ਦੇ ਜਮਾਂ, ਇਹਦੇ ਵੀ ਟਾਇਰ ਜਮਾਂ ਹੀ ਨਾਲ ਦੇ ਟਾਇਰ ਨੇ, ਕਨੋਪੀ ਲੱਗੀ ਹੋਈ ਆ ਉੱਪਰ, ਤੇ ਫਸਟ ਬਾਲਟੀ ਹੋ ਰਹੀ ਤਾਂ ਫਸਟ ਬਾਲਟੀ, ਫਸਟ ਬਾਲਟੀ ਟਰੈਕਟਰ ਜਿੰਨੇ ਵੀ ਖੜੇ ਨੇ ਸਾਰੀ ਫਸਟ, ਲਗਭਗ ਸਾਰੇ ਫਸਟ ਬਾਲਟੀ, ਹਾਂਜੀ ਨਵੇਂ ਟਰੈਕਟਰ, ਠੀਕ ਠੀਕ ਹੈ ਜੀ। ਆਹ 2020 ਮਾਡਲ ਹੈ, 36-30 ਫੋਰ ਵੀ, ਕਿੰਨਾ 2020 ਮਾਡਲ ਜੀ, 2020 ਮਾਡਲ ਹੈ, 2020 ਮਾਡਲ 36-30 ਫੋਰ, 700 ਘੰਟਾ ਚੱਲਿਆ ਵੀ ਟਾਇਰ ਟੂਰ ਨਾਲ, 700 ਘੰਟਾ ਚੱਲਿਆ ਹੋਇਆ ਟਾਇਰ ਨਾਲ ਦੇ, ਟਾਇਰ ਨਾਲ ਦੇ ਜਮਾਂ ਨਵੇਂ, ਠੀਕ ਠੀਕ, ਹਾਂਜੀ ਕਨੋਪੀ ਲੱਗੀ ਹੋਈ ਇਹਦੇ ਪਰ ਵੀ ਦੇਖ ਸਕਦੇ ਹੋ। ਤੇ ਅਗਲਾ ਆ ਗਿਆ ਜੀ 2022 ਮਾਡਲ ਹੈ ਜੀ, ਇਹ ਵੀਰੇ 3 ਸਪੀਡ ਵਾਲਾ ਜੀ, ਹਾਂ 3 ਸਪੀਡ ਵਾਲਾ, 2022 ਮਾਡਲ ਸਾਈਡ ਗੇਅਰ, 2022 ਮਾਡਲ ਸਾਈਡ ਗੇਅਰ ਵਾਲਾ 3 ਸਪੀਡ, 4-450 ਘੰਟਾ ਚੱਲਿਆ ਵੇ, ਬੜਾ ਨਵਾਂ ਹੀ ਪਿਆ ਟਰੈਕਟਰ, ਜਮਾਂ ਨਵੇਂ ਵਾਂਗੂ ਨਵਾਂ ਪਿਆ ਟਰੈਕਟਰ, ਦੇਖ ਸਕਦੇ ਹੋ ਕਵਰ ਕੁਵਰ ਹਲੇ ਉਹ ਕੋਲੇ ਪਏ ਨੇ, ਤੇ ਉੱਪਰ ਜੂ ਪੈਪ ਵੀ ਆਪਾਂ ਨੂੰ ਲੱਗਿਆ ਹੋਇਆ ਮਿਲ ਜੂਗਾ, ਬਾਕੀ ਟਾਇਰ ਸਾਰੇ ਨਾਲ ਦੇ ਆ, ਟਾਇਰ ਵੀ ਹੈਗੇ ਨੇ ਨਵੇਂ ਵਰਗੇ ਟਾਇਰ ਪਏ ਨੇ, 90-80 ਪੈਸੇ ਟਾਇਰ, ਹਾਂ 90 ਪੈਸੇ ਹੈਗੇ ਟਾਇਰ। ਤੇ ਇੱਕ ਬੋਟਾ ਜੀ 2022 ਮਾਡਲ, 510-20 ਘੰਟੇ ਚੱਲਿਆ ਹੋਇਆ, ਟਾਇਰ ਟੂਰ ਨਾਲ ਦੇ ਜਮਾਂ ਨਵੇਂ ਪਏ ਆ, ਠੀਕ ਹੈ ਜੀ। 52-02 ਬੋਟਾ, 52-02, ਇਹ ਵੀਰੇ ਕਿੰਨੇ ਕੁ ਪਾਵਰ ਦਾ ਹੁੰਦਾ ਜੀ ਇਹ ਪਹਿਲਾਂ ਕੁਛ? ਇਹ 50 ਕੁ ਪਾਵਰਾਂ ਦਾ ਹੁੰਦਾ ਜੀ, ਠੀਕ ਹੈ 50 ਕੁ ਪਾਵਰਾਂ ਦਾ ਹੁੰਦਾ, ਪਰ ਮੇਰਾ ਸੁਪਰ ਸਾਬਰ ਸੀਟ ਐਨ ਵਧੀਆ ਖਿੱਚਦਾ ਹੋਊਗਾ, ਪੂਰਾ ਵਧੀਆ, ਪੂਰਾ ਵਧੀਆ, ਹਾਂਜੀ ਸਹੀ ਗੱਲ ਹੈ ਜੀ। ਬੇਟ ਬੂਟ ਸਾਹਮਣੇ ਲੱਗੇ ਹੋਏ ਆ ਜੀ, ਪੂਰਾ ਬੰਬ ਬੇਟ ਲੱਗਿਆ ਹੋਇਆ ਜੀ, ਬਾਕੀ ਟੈਟੂ ਦੇ ਵੀ ਨਾਲ, ਟੈਟੂ ਜਮਾਂ ਨਾਲ ਦੇ ਜੀ। ਇਹ ਕਿੰਨਾ ਚੱਲਿਆ ਵੀਰੇ? ਇਹ 510 ਕੁ ਘੰਟੇ ਚੱਲਿਆ ਬਾਈ, 510 ਘੰਟੇ ਚੱਲਿਆ ਹੋਇਆ, ਓਰੀਜਨਲ ਚੱਲਿਆ ਵਾ 2022, ਤਾਂ ਬਾਈ ਕਹਿੰਦਾ ਵੀ 510 ਘੰਟੇ ਪੂਰੇ ਦੱਸਦੇ ਬਾਈ ਨੇ, ਤੇ ਟਾਇਰ ਦੇਖ ਸਕਦੇ ਹੋ, ਟਾਇਰ ਬਿਲਕੁਲ ਨਵੇਂ ਵਰਗੇ ਟਾਇਰ ਪਏ ਨੇ, 95% ਟਾਇਰ ਖੜੇ ਨੇ ਟਰੈਕਟਰ ਦੇ, ਤੇ ਇੱਕ ਕਬੋਟਾ ਵੀ ਇਹਨਾਂ ਕੋਲ ਹੋਰ ਖੜਾ, ਉਹ ਵੀ ਦਿਖਾ ਦਿੰਦੇ ਆਪਾਂ ਤੁਹਾਨੂੰ। ਇਹ ਵੀਰੇ ਕਬੋਟਾ ਤੇਲ ਤੂਲ ਦਾ ਖਰਚਾ ਬੜਾ ਘੱਟ ਹੁੰਦਾ ਹੋਊਗਾ, ਘੱਟ ਖਰਚਾ ਬਹੁਤ ਘੱਟ ਹੈ, ਕਿਉਂਕਿ ਤਾਂ ਜਿਹੜੀ ਟੈਕਨੋਲੋਜੀ ਬਾਹਰ ਦੀ ਆ ਗਈ, ਇਹ ਆ ਗਈ 52-01 ਹੈ ਜੀ, 2017 ਮਾਡਲ ਜੀ, 2017 ਮਾਡਲ, ਟਾਇਰ ਟੂਰੇ ਦੇ ਵੀ ਚੰਗੇ ਪਏ ਨੇ ਹੈ ਨਾ ਜੀ, ਹਾਂ ਮੂਰਲੇ ਰੇਡੀਅਲ ਟਾਇਰ ਨੇ, ਮੂਰਲੇ ਰੇਡੀਅਲ ਨੇ, ਅਤੇ ਵੀਰੇ ਨਾਲ ਦੇ ਟਾਇਰ, ਟਾਇਰ ਨਾਲ ਦੇ, ਠੀਕ ਠੀਕ ਹੈ, ਚੱਲਿਆ ਫਿਰ ਤਾਂ ਕਾਫੀ ਘੱਟ ਹੋਊਗਾ ਜੀ, ਹਾਂ ਇਹ 900 ਘੰਟਾ ਚੱਲਿਆ ਵਾ, 900 ਘੰਟਾ ਚੱਲਿਆ ਹੋਇਆ, 2017 ਮਾਡਲ, 2017 ਮਾਡਲ, ਠੀਕ ਠੀਕ ਹੈ ਜੀ। ਇਹ ਟਰੈਕਟਰ ਨੇ ਜਾਂ ਹੋਰ ਵੀ ਟਰੈਕਟਰ ਦਿਖਾਉਣੇ ਨੇ? ਨਾ ਹੀ ਨਹੀਂ ਬਸ, ਠੀਕ ਹੈ ਜੀ। ਹਾਂਜੀ ਵੀਰੋ, ਇਹੀ ਟਰੈਕਟਰ ਜਿਹੜੇ ਭਾਈ ਉਹਦੇ ਆਪਾਂ ਦਿਖਾਏ ਨੇ, ਹਾਂਜੀ ਪ੍ਰੀਤ 6059-2011 ਮਾਡਲ, ਸੈਂਟਰ ਗੇਅਰ ਨਾਲ ਦੇ ਟਾਇਰ ਨੇ, 2,70,000 ਰੁਪਏ ਟਰੈਕਟਰ ਡਿਮਾਂਡ ਆ, ਟਰੈਕਟਰ ਜਿਮੀਦਾਰਾਂ ਸੇਲ ਪਜੇ 'ਤੇ ਇਹ ਵੀ ਅਵੇਲੇਬਲ ਆ, 2011 ਮਾਡਲ
59 ਸੈਂਟਰ ਗੇਅਰ ਸਾਰਾ ਟਰੈਕਟਰ ਰੀਜਨਲ ਅੱਜ ਤੱਕ ਚਾਬੀ ਨਹੀਂ ਲੱਗੀ ਹੈਗੀ। ਨਾਲ ਦੇ ਟਾਇਰ ਨੇ 2011 ਮਾਡਲ 2,70,000 ਰੁਪਏ ਡਿਮਾਂਡ। ਬਾਈ ਉਹਦਾ ਨੰਬਰ ਉੱਪਰ ਚੱਲ ਜਾਂਦਾ, ਕੰਟੈਕਟ ਕਰੋ। ਆਪਾਂ ਨੇ ਰੇਟ ਅਸੀਂ ਇਸੇ ਦੱਸਿਆ ਹੈਗਾ ਕਿਉਂਕਿ ਜਿਹੜਾ ਰੇਟ ਆ ਉਹ ਟਾਈਮ ਦੇ ਹਿਸਾਬ ਨਾਲ ਹੁੰਦਾ ਬਾਈ, ਹੈ ਨਾ, ਕਦੇ ਘੱਟ ਕਦੇ ਵੱਧ, ਕਿਉਂਕਿ ਦੇਖੋ ਸੀਜ਼ਨ ਦੇ ਵਿੱਚ ਬੜੀ ਤੇਜ਼ੀ ਆ ਜਾਂਦੀ ਹੈ, ਤੇਜ਼ੀ ਵੀ ਆ ਜਾਂਦੀ ਹੈ, 4 ਪੈਸੇ ਮੰਦੀ ਵੀ ਹੋ ਸਕਦੀ ਹੈ। ਉਹਦੇ ਹਿਸਾਬ ਜਿਹੜਾ ਰੇਟ ਆ ਉਹ ਬਾਈ ਉਹਦੇ ਫੋਨ 'ਤੇ ਹੀ ਕਰ ਲੈਣਗੇ, ਆਪਣਾ ਫੋਨ ਕਰ ਲਿਓ, ਬਾਈ ਦਾ ਨੰਬਰ ਉੱਪਰ ਚੱਲ ਰਿਹਾ ਹੈ। ਅਤੇ ਵੀਰੇ ਆਪਣਾ ਡਰੈਸ ਸਮਝਾ ਦਿਓ ਚੰਗੀ ਤਰ੍ਹਾਂ, ਜੇ ਕਿਸੇ ਵੀਰੇ ਭਰਾ ਨੇ ਆਉਣਾ ਹੋਵੇ। ਸੰਘੇੜੇ ਬਰਨਾਲੇ ਵਾਲੀ ਸੜਕ 'ਤੇ ਸੰਘੇੜੇ ਆ ਜਾਓ ਜੀ, ਜ਼ਿਮੀਂਦਾਰ ਟਰੈਕਟਰ ਸੇਲ ਕਰਦੇ ਆ, ਫੋਨ ਨੰਬਰ ਤੁਹਾਡਾ ਉੱਤੇ ਚੱਲ ਹੀ ਰਿਹਾ, ਕਦੋਂ ਮਰਜ਼ੀ ਕੰਟੈਕਟ ਕਰ ਸਕਦੇ। ਠੀਕ ਹੈ ਵੀਰੇ, ਹਾਂਜੀ, ਧੰਨਵਾਦ ਵੀਰੇ, ਕੀਮਤੀ ਸਮਾਂ ਦਾ ਟਾਈਮ ਦੇਣ ਲਈ।